ਹਿੰਦੁਸਤਾਨ ਦੇ ਲੋਕ ਭੋਲੇ ਆ, ਬਹੁਤ ਭੋਲੇ ਆ, ਉਹਨਾਂ ਨੂੰ ਭੜਕਾ ਦਿੰਦੇ ਆ, ਚਾਹ 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 ਮੋਦੀ ਚੌਂਕੀਦਾਰ ਚੌਂਕੀਦਾਰ ਚੌਂਕੀਦਾਰ, ਇਹ ਸਾਡੇ ਮੁੱਦੇ ਥੋੜੋ, ਸਾਡੇ ਮੁੱਦੇ ਤਾਂ ਹੋਰ ਆ। ਕਾਂਗਰਸ ਵੀ ਇਹ ਗੱਲ ਦਾ ਦਾਅਵਾ ਕਰਦੀ ਹੈ ਕਿ ਜੇ ਅਸੀਂ ਵਾਅਦੇ ਪੂਰੇ ਨਹੀਂ ਕੀਤੇ ਤਾਂ ਜਿਹੜੀ ਭਾਜਪਾ ਸਰਕਾਰ ਹੈ ਉਹਨਾਂ ਨੇ ਵੀ ਵਾਅਦੇ ਪੂਰੇ, ਵਾਅਦੇ ਕਿਸੇ ਕੋਲ ਪੂਰੇ ਨਹੀਂ ਹੋ ਰਹੇ, ਇਹਨਾਂ ਨੇ ਤਾਂ ਬੇਅਕਲ ਕੀ ਕਰ ਦਿੱਤਾ। ਅਸੀਂ ਕਹਿੰਦੇ ਕੋਈ ਦੇਸ਼ ਦਾ ਪ੍ਰਧਾਨ ਮੰਤਰੀ ਐਸਾ ਬਣਨਾ ਚਾਹੀਦਾ ਵੀ ਜਿਹੜਾ ਦੇਸ਼ ਨੂੰ ਅੱਗੇ ਲਿਜਾ ਸਕੇ। ਪੈਚ ਵਰਕ ਨਾਲ ਮੈਡਮ ਕੀ ਹੋਊਗਾ? ਕੁਛ ਨਹੀਂ ਹੋਊਗਾ, ਪੈਚ ਵਰਕ ਤਾਂ ਹੁਣ ਹੋਊਗਾ, ਹਫ਼ਤੇ ਬਾਅਦ ਫਿਰ ਟੁੱਟ ਜਾਊਗੀ, ਸਹੀ ਤਰੀਕੇ ਨਾਲ ਤਾਂ ਕੁਛ ਵੀ ਨਹੀਂ ਨਾ ਜੀ। ਸਤਿ ਸ਼੍ਰੀ ਅਕਾਲ, ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਹਾਂ ਇੰਦਰਪ੍ਰੀਤ ਕੌਰ ਪੰਨੂ। ਲੋਕ ਸਭਾ ਚੋਣਾਂ ਦਾ ਮੁੱਦਾ ਹਰ ਪਾਸੇ ਭਖਿਆ ਹੋਇਆ ਹੈ, ਚਾਹੇ ਗੱਲ ਕਰੀਏ ਪਿੰਡਾਂ ਦੀ ਸੱਥ ਦੀ ਜਾਂ ਫਿਰ ਸ਼ਹਿਰਾਂ ਦੀ ਪਾਰਕ ਦੀ, ਹਰ ਪਾਸੇ ਲੋਕ ਸਭਾ ਚੋਣਾਂ ਨੂੰ ਲੈ ਕੇ ਚਰਚੇ ਹੋ ਰਹੇ ਨੇ। ਕਿਸ ਤਰ੍ਹਾਂ ਦਾ ਉਹਨਾਂ ਦਾ ਮੈਂਬਰ ਪਾਰਲੀਮੈਂਟ ਹੋਵੇ, ਕਿਸ ਤਰ੍ਹਾਂ ਦਾ ਉਹਨਾਂ ਦਾ ਮੁੱਖ ਮੰਤਰੀ ਹੋਵੇ, ਕਿਸ ਤਰ੍ਹਾਂ ਦਾ ਉਹਨਾਂ ਪ੍ਰਧਾਨ ਮੰਤਰੀ ਹੋਵੇ, ਇਹ ਸਭ ਚਰਚਾ ਦਾ ਵਿਸ਼ਾ ਜਿਹੜਾ ਹੈ ਬਣਿਆ ਹੋਇਆ ਹੈ। ਅਤੇ ਇਸ ਸਮੇਂ ਅਸੀਂ ਮੌਜੂਦ ਹਾਂ ਜਲੰਧਰ ਦੇ ਇੱਕ ਪਾਰਕ ਵਿੱਚ, ਜਿੱਥੇ ਜਾਣਾਂਗੇ ਲੋਕਾਂ ਤੋਂ ਕਿ ਉਹ ਕੀ ਚਾਹੁੰਦੇ ਨੇ, ਕਿ ਉਹਨਾਂ ਦਾ ਸੰਸਦ ਮੈਂਬਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਅਤੇ ਜੋ ਮੋਦੀ ਸਰਕਾਰ ਦੀ 5 ਸਾਲ ਦੀ ਕਾਰਗੁਜ਼ਾਰੀ ਸੀ ਕਿਸ ਤਰ੍ਹਾਂ ਦੀ ਰਹੀ, ਅਤੇ ਆਉਣ ਵਾਲੀ ਸਰਕਾਰ ਤੋਂ ਉਹਨਾਂ ਦੀਆਂ ਕੀ ਉਮੀਦਾਂ ਨੇ, ਕੀ ਮੰਗਾਂ ਨੇ, ਕੀ ਆਸਾਂ ਨੇ, ਇਹ ਸਭ ਕੁਝ ਜਾਣਨ ਦੀ ਕੋਸ਼ਿਸ਼ ਕਰਾਂਗੇ। ਅਗਰ ਜਲੰਧਰ ਲੋਕ ਸਭਾ ਸੀਟ ਦੀ ਗੱਲ ਕਰੀਏ ਤਾਂ ਇੱਥੇ 9 ਹਲਕੇ ਆਉਂਦੇ ਨੇ, ਅਤੇ ਇਸ ਦੇ ਉੱਪਰ ਜਿਹੜੇ ਮੈਂਬਰ ਪਾਰਲੀਮੈਂਟ ਮੌਜੂਦਾ ਸੰਤੋਖ ਸਿੰਘ ਚੌਧਰੀ ਨੇ, ਅਤੇ ਪਾਰਟੀਆਂ ਚਾਰ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਗੱਲ ਕਰੀਏ ਕਾਂਗਰਸ ਦੀ ਤਾਂ ਉਹਨਾਂ ਨੇ ਚੌਧਰੀ ਸੰਤੋਖ ਸਿੰਘ ਨੂੰ ਟਿਕਟ ਦਿੱਤੀ ਹੈ, ਅਕਾਲੀ ਦਲ ਨੇ ਚਰਨਜੀਤ ਸਿੰਘ ਅਟਵਾਲ ਨੂੰ ਟਿਕਟ ਦਿੱਤੀ ਹੈ, ਬਸਪਾ ਨੇ ਬਲਵਿੰਦਰ ਕੁਮਾਰ ਨੂੰ ਟਿਕਟ ਦਿੱਤੀ ਹੈ, ਅਤੇ ਆਪ ਨੇ ਇੱਥੇ ਜਸਟਿਸ ਜ਼ੋਰਾ ਨੂੰ ਮੈਦਾਨ ਦੇ ਵਿੱਚ ਉਤਾਰਿਆ ਹੈ। ਹੁਣ ਰੁੱਕ ਕਰਦੇ ਹਾਂ ਲੋਕਾਂ ਵੱਲ, ਉਹਨਾਂ ਤੋਂ ਜਾਣਾਂਗੇ ਕਿ ਉਹਨਾਂ ਦੀਆਂ ਕੀ ਮੰਗਾਂ ਨੇ, ਸ਼ਹਿਰ ਦੀਆਂ ਕੀ ਮੰਗਾਂ ਨੇ, ਕਿਸ ਤਰ੍ਹਾਂ ਦਾ ਵਿਕਾਸ ਚਾਹੁੰਦੇ ਨੇ, ਅਤੇ ਕਿਸ ਤਰ੍ਹਾਂ ਦਾ ਮੈਂਬਰ ਪਾਰਲੀਮੈਂਟ ਉਹ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਚਾਹੁੰਦੇ ਨੇ ਜਿੱਤੇ, ਅਤੇ ਕਿਹੜਾ ਉਹਨਾਂ ਦਾ ਪ੍ਰਧਾਨ ਮੰਤਰੀ ਹੋਵੇ, ਉਸ ਤੋਂ ਕੀ ਮੰਗਾਂ ਨੇ। ਅਗਰ ਜਲੰਧਰ ਦੇ ਮੁੱਦਿਆਂ ਦੀ ਗੱਲ ਕਰੀਏ ਤਾਂ ਸਫਾਈ ਦਾ ਮੁੱਦਾ ਵੀ ਇੱਕ ਅਹਿਮ ਮੁੱਦਾ ਹੈ, ਅਤੇ ਜਿਸ ਤਰ੍ਹਾਂ ਆਪਾਂ ਜਲੰਧਰ ਦੇ ਅਗਰ ਮੁੱਦਿਆਂ ਦੀ ਗੱਲ ਕਰੀਏ, ਠੀਕ ਹੈ, ਅਤੇ ਸਫਾਈ ਵੀ ਇੱਕ ਵੱਡਾ ਮੁੱਦਾ ਹੈ। ਜਿੱਦਾਂ ਅਸੀਂ ਬਾਕੀ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਪਾਰਕ ਨੂੰ ਹੀ ਦੇਖ ਲਓ, ਇੱਥੇ ਵੀ ਸਫਾਈ ਜਿਹੜੀ ਹੈ ਨਹੀਂ ਹੁੰਦੀ ਟਾਈਮ ਦੇ ਨਾਲ, ਅਤੇ ਤੁਹਾਨੂੰ ਕੀ ਲੱਗਦਾ ਕਿ ਇਸ ਦੇ ਪਿੱਛੇ ਕੀ ਕਮੀਆਂ ਨੇ, ਕਿਉਂ ਇਹ ਸਭ ਨਹੀਂ ਹੁੰਦਾ? ਇਹਦੇ ਪਿੱਛੇ ਕਮੀਆਂ ਹੈਗੀਆਂ, ਸਰਕਾਰ ਕੋਈ ਪੁੱਛਣ ਵਾਲਾ ਕੋਈ ਨਹੀਂ ਹੈਗਾ, ਇਹਨਾਂ ਨੂੰ ਜੋ ਮਰਜ਼ੀ ਕਰੀ ਜਾਣ, ਕੁਝ ਇਹ ਅਫਸਰ ਆਪਣੇ ਘਰਾਂ 'ਚ ਰਹਿੰਦੇ ਆ, ਜਦੋਂ ਦੇਖ ਲਓ ਜੀ ਆਪ ਹੀ ਦੇਖ ਲਓ ਤੁਹਾਡੇ ਸਾਹਮਣੇ ਕਿੰਨਾ ਗੰਦ ਹੈਗਾ। ਫੁਹਾਰੇ ਚੱਲਿਆ ਨੂੰ 6 ਮਹੀਨੇ ਹੋ ਗਏ ਜੀ, 3 ਫੁਹਾਰੇ ਲੱਗੇ, 3-6 ਮਹੀਨੇ ਹੋ ਗਏ ਬੰਦ ਹੋਏ, ਸੜਕਾਂ ਦਾ ਬੁਰਾ ਹਾਲ ਹੈ। ਸਰਕਾਰ ਕਰਦੀ ਕੱਖ ਨਹੀਂ, ਉਹ ਕਹਿੰਦੀ ਅਸੀਂ 5 ਸਾਲ ਆਲਾ ਵਾ, 5 ਸਾਲ ਬਾਅਦ ਹਰ ਜਾਣਾ, ਅਸੀਂ ਤਾਂ ਆਰਾਮ ਨਾਲ ਫਿਰ ਬਹਿ ਜਾਣਾ ਜੀ। ਜਿਹੜੇ ਚੌਧਰੀ ਸੰਤੋਖ ਸਿੰਘ ਸੀ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਨੇ, ਉਹ ਤੁਹਾਡਾ ਕਦੀ ਜੋ ਤੁਹਾਡੇ ਮੁੱਦੇ ਆ ਉਹਨਾਂ ਨੂੰ ਜਾਣਨ ਦੇ ਲਈ ਤੁਹਾਡੇ ਕੋਲ ਕਦੀ ਆਏ? ਨਹੀਂ, ਕਦੀ ਜ਼ਿੰਦਗੀ 'ਚ ਨਹੀਂ ਆਏ। ਅਤੇ ਹੁਣ ਮਤਲਬ ਜਿਹੜੇ ਵੋਟਾਂ ਦੇ ਦੌਰਾਨ ਹੁਣ ਜਿਹੜੇ 4 ਕੈਂਡੀਡੇਟ ਉਤਾਰ ਦਿੱਤੇ ਗਏ ਨੇ, ਹੁਣ ਜਦੋਂ ਵੋਟਾਂ ਦਾ ਮਾਹੌਲ ਸਾਰਾ ਚੱਲ ਰਿਹਾ, ਉਦੋਂ ਮੁੱਦੇ ਜਾਣਨ ਲਈ ਉਹ ਆਏ ਹੁਣ? ਕੋਈ ਨਹੀਂ ਆਇਆ ਹਜੇ ਤੱਕ। ਅਤੇ ਤੁਸੀਂ ਕੀ ਚਾਹੁੰਦੇ ਹੋ ਫਿਰ, ਤੁਸੀਂ ਕਿੱਦਾਂ ਦਾ ਮੈਂਬਰ ਪਾਰਲੀਮੈਂਟ ਚਾਹੁੰਦੇ ਹੋ ਕਿ ਜਿਹੜੇ ਤੁਹਾਡੇ ਮੁੱਦੇ ਨੇ ਉਹਨਾਂ ਨੂੰ ਹੱਲ ਕਰ ਸਕੇ? ਅਸੀਂ ਕਹਿੰਦੇ ਕੋਈ ਦੇਸ਼ ਦਾ ਪ੍ਰਧਾਨ ਮੰਤਰੀ ਐਸਾ ਬਣਨਾ ਚਾਹੀਦਾ ਵੀ ਜਿਹੜਾ ਦੇਸ਼ ਨੂੰ ਅੱਗੇ ਲਿਜਾ ਸਕੇ, ਬਸ ਜੀ। ਅਤੇ ਜਿਹੜੇ ਸਾਡੇ ਮੌਜੂਦਾ ਪ੍ਰਧਾਨ ਮੰਤਰੀ ਨੇ ਉਹਨਾਂ ਦੀ ਕਾਰਗੁਜ਼ਾਰੀ ਤੋਂ ਤੁਸੀਂ ਕਿੰਨੇ ਕੁ ਸੰਤੁਸ਼ਟ ਹੋ? ਬਹੁਤ ਖੁਸ਼ ਹਾਂ, 100% ਨੰਬਰ ਦਿੰਦੇ ਜੀ ਉਹਨਾਂ ਨੂੰ ਜੀ। ਮਤਲਬ ਤੇ ਤੁਸੀਂ ਚਾਹੁੰਦੇ ਹੋ ਕਿ ਉਹੀ ਸਰਕਾਰ ਦੁਬਾਰਾ ਵਾਪਸ? ਉਹੀ ਸਰਕਾਰ ਦੁਬਾਰਾ ਆਵੇ। ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕੁਝ ਲੋਕ ਜਿਹੜੇ ਐਕਸਰਸਾਈਜ਼ ਕਰ ਰਹੇ ਨੇ ਉਹਨਾਂ ਕੋਲ ਜਾਂਦੇ ਹਾਂ, ਅਤੇ ਉਹਨਾਂ ਤੋਂ ਪੁੱਛਦੇ ਹਾਂ ਕਿ ਉਹਨਾਂ ਦਾ ਮੈਂਬਰ ਪਾਰਲੀਮੈਂਟ ਕਿਹੋ ਜਿਹਾ ਹੋਣਾ ਚਾਹੀਦਾ ਹੈ, ਕੀ ਮੁੱਦੇ ਨੇ ਜੀ, ਕੀ ਜਲੰਧਰ ਦੇ ਮੁੱਖ ਮੁੱਦੇ ਨੇ? ਸੜਕਾਂ, ਜਿਹੜਾ ਫਲਾਈਓਵਰ, ਜਿਹੜੇ ਹੋਰ ਕਈ ਇੱਦਾਂ ਦੇ ਹੈਗੇ ਨੇ ਮੁੱਦੇ, ਉਹੀ ਮੇਨ ਮੁੱਦੇ ਨੇ ਜੀ। ਅਤੇ ਕੀ ਸਰਕਾਰ ਨੇ ਕਿੰਨੇ ਮੁੱਦਿਆਂ ਨੂੰ ਹੱਲ ਕਰ ਦਿੱਤਾ ਜੋ ਵਾਅਦੇ ਕੀਤੇ ਸੀ? ਨਹੀਂ ਕੀਤੇ, ਪੂਰੇ ਨਹੀਂ ਕੀਤੇ ਵਾਅਦੇ। ਮਗਰ ਅਸੀਂ ਨਹੀਂ ਸੀ ਉਹਦੇ ਹੱਕ 'ਚ ਹੈਗੇ, ਕਿਉਂਕਿ ਇਹਨਾਂ ਦਾ ਸਪਰਿੰਗ ਚੱਲਿਆ, ਮਗਰ ਇਹਨਾਂ ਕੋਲ ਲੀਡਰ ਹੀ ਕੋਈ ਨਹੀਂ ਹੈਗਾ, ਔਰ ਵਰਕਰ ਕੋਈ ਆਇਆ ਹੀ ਨਹੀਂ ਕੰਮ ਕਰਨਾ, ਮਜਬੂਰ ਹੋ ਕੇ ਕਾਂਗਰਸ ਨੇ ਉਹਨੂੰ ਟਿਕਟ ਦਿੱਤੀ ਹੈ ਜੀ। ਮਤਲਬ ਕਿ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਕਾਂਗਰਸ ਦੇ ਕੋਲ ਚਿਹਰਾ ਨਹੀਂ ਸੀ? ਸਭ ਤੋਂ ਵੱਡੀ ਗੱਲ ਹੈ, ਚਿਹਰਾ ਹੀ ਕੋਈ ਨਹੀਂ ਉਹਨਾਂ ਕੋਲੋਂ ਲੋਕ ਸਭਾ ਇਲੈਕਸ਼ਨ ਲੜਨ ਵਾਸਤੇ, ਇਸ ਕਰਕੇ ਉਹ ਰਿਜ਼ਰਵ ਸੀਟ ਹੈ, ਇਸ ਕਰਕੇ ਉਹਨਾਂ ਨੂੰ ਸੰਤੋਖ ਸਿੰਘ ਚੌਧਰੀ ਨੂੰ ਦੇਣੀ ਪਈ ਹੈ। ਅਤੇ ਪਰ ਕਾਂਗਰਸ ਸਰਕਾਰ ਇਹ ਗੱਲ ਦਾ ਦਾਅਵਾ ਕਰਦੀ ਹੈ ਕਿ ਹਵਾ ਜਿਹੜੀ ਹੈ ਉਹਨਾਂ ਦੇ ਪੱਖ ਦੇ ਵਿੱਚ ਹੀ ਬਹਿ ਰਹੀ ਹੈ, ਅਤੇ ਉਹਨਾਂ ਦਾ ਹੀ ਕੈਂਡੀਡੇਟ ਜਿੱਤ ਨੂੰ ਛੱਡ ਕੇ ਬਾਕੀ ਜੇ 13 ਸੀਟਾਂ ਨੇ, 13 'ਚੋਂ 8 ਸੀਟਾਂ BJP ਔਰ ਅਕਾਲੀ ਦਲ ਲੈ ਕੇ ਜਾਣਗੇ, ਇਹਨਾਂ ਨੂੰ 3-4 ਹੀ ਮਿਲਣਗੀਆਂ। ਬਸ ਕਾਂਗਰਸ ਵੀ ਇਹ ਗੱਲ ਦਾ ਦਾਅਵਾ ਕਰਦੀ ਹੈ ਕਿ ਜੇ ਅਸੀਂ ਵਾਅਦੇ ਪੂਰੇ ਨਹੀਂ ਕੀਤੇ ਤਾਂ ਜਿਹੜੀ ਭਾਜਪਾ ਸਰਕਾਰ ਹੈ ਉਹਨਾਂ ਨੇ ਵੀ ਵਾਅਦੇ ਪੂਰੇ, ਵਾਅਦੇ ਕਿਸੇ ਕੋਲ ਪੂਰੇ ਨਹੀਂ ਹੋ ਰਹੇ, ਇਹਨਾਂ ਨੇ ਬੇਅਕਲ ਕੀ ਕਰ ਦਿੱਤਾ ਜੀ। ਅਜੇ 2 ਸਾਲ ਹੋ ਗਏ ਨੇ, ਕਾਰਪੋਰੇਸ਼ਨ ਬਣੀ ਹੈ, ਜੋ ਕੋਈ ਕੰਮ ਤਾਂ ਇਹਨਾਂ ਕਾਰਪੋਰੇਸ਼ਨ ਸੜਕਾਂ ਦਾ ਕਰਨਾ ਕਿ ਨਾ ਕਿ ਸੰਤੋਖ ਸਿੰਘ ਚੌਧਰੀ ਨੇ ਕਰਨਾ, ਇਸ ਕਰਕੇ ਇਹਨਾਂ ਨੇ ਕੋਈ ਵੀ ਕੰਮ ਨਹੀਂ ਹੋ ਰਿਹਾ, ਕਿਸੇ ਦੀ ਚਲਦੀ ਨਹੀਂ, ਕਿਸੇ ਦੀ ਪਹੁੰਚ ਨਹੀਂ, ਹਰ ਕੋਈ ਆਪਣੀ ਜੇਬਾਂ ਭਰਨ ਦੇ ਆ,
ਕਿੰਨੀ ਉਹ ਦਿਹਾੜੀਆਂ ਪਾਉਂਦੇ ਨੇ ਅਤੇ ਕਾਰਪੋਰੇਸ਼ਨ ਨੂੰ ਕੀ ਆ ਰਿਹਾ। ਇਸ ਕਰਕੇ ਇਹਨਾਂ ਨੂੰ ਸੋਚ ਚਾਹੀਦੀ, ਅੱਛੀ ਜੋ ਸੋਚ ਚਾਹੀਦੀ, ਅੱਛਾ ਦੇਸ਼ ਜਿੰਦਰ ਬਣੇ, ਹਰ ਜਗ੍ਹਾ 'ਤੇ ਸਹੂਲਤ ਮਿਲੇ। ਇੱਥੇ ਕੋਈ ਕਿਸੇ ਨੂੰ ਸਹੂਲਤ ਨਹੀਂ ਹੈਗੀ ਜੀ। ਜਿਸ ਤਰ੍ਹਾਂ ਅਸੀਂ ਸਾਰੇ ਦੋਸ਼ ਸਰਕਾਰ ਦੇ ਉੱਪਰ ਮੜ ਰਹੇ ਹਾਂ, ਅਗਰ ਸਫਾਈ ਨਹੀਂ ਹੁੰਦੀ ਤਾਂ ਅਸੀਂ ਕਹਿੰਦੇ ਹਾਂ ਕਿ ਸਰਕਾਰ ਦੀ ਵਜ੍ਹਾ ਦੇ ਨਾਲ ਨਹੀਂ ਹੋਈ, ਦੇਸ਼ ਦੇ ਵਿੱਚ ਨਸ਼ਾ ਖਤਮ ਨਹੀਂ ਹੁੰਦਾ ਤਾਂ ਅਸੀਂ ਕਹਿੰਦੇ ਸਰਕਾਰ, ਪਰ ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਇਹ ਸਾਡੇ 'ਤੇ ਵੀ ਨਿਰਭਰ ਕਰਦਾ? ਬਿਲਕੁਲ, ਸਾਡੇ ਸਮਾਜ 'ਚ, ਸਾਡੇ ਸਮਾਜ ਨੂੰ ਚਾਹੀਦਾ ਕਿ ਅਸੀਂ ਵੀ ਸਰਕਾਰ ਦਾ ਸਾਥ ਦੇਈਏ ਤਾਂ ਕਿ ਜਿਹੜੀਆਂ ਬੁਰਾਈਆਂ ਸਮਾਜ 'ਚੋਂ ਖਤਮ ਹੋ ਸਕਣ। ਜਿਸ ਤਰ੍ਹਾਂ ਬੇਰੁਜ਼ਗਾਰੀ ਆ, ਅੱਜ ਪੜ੍ਹੇ ਲਿਖੇ ਐਜੂਕੇਟਡ ਬੱਚੇ ਜਿਹੜੇ ਬੇਰੁਜ਼ਗਾਰ ਫਿਰਦੇ ਨੇ, ਜੋਬ ਲਈ ਹੈ ਨਹੀਂ ਉਹਨਾਂ ਵਾਸਤੇ, ਉਹ ਨਸ਼ਿਆਂ ਦੀ ਵਾਸਤੇ ਧੱਕੇ ਜਾ ਰਹੇ ਨੇ, ਉਹ ਨਸ਼ਾ ਇੰਨਾ ਵਿਕਦਾ, ਖੁੱਲ੍ਹੇਆਮ ਵਿਕਦਾ। ਸਰਕਾਰ ਕਹਿੰਦੀ ਵੀ ਕੰਟਰੋਲ ਹੈ ਨਹੀਂ, ਕੰਟਰੋਲ ਕਿਸੇ ਚੀਜ਼ 'ਤੇ ਨਹੀਂ ਗਾ ਜੀ। ਕੈਪਟਨ ਸਰਕਾਰ ਨੇ ਇਹ ਗੱਲ ਦਾ ਦਾਅਵਾ ਕੀਤਾ ਕਿ ਉਹਨਾਂ ਨੇ ਪੰਜਾਬ ਦੇ ਵਿੱਚ ਨਸ਼ੇ ਦਾ ਲੱਕ ਤੋੜ ਦਿੱਤਾ, ਠੀਕ ਆ, ਅਤੇ ਅਗਰ ਜ਼ਮੀਨੀ ਹਕੀਕਤ ਦੀ ਗੱਲ ਕਰੀਏ ਕਿਸ ਤਰ੍ਹਾਂ ਹੈ? ਹਾਲੇ ਵੀ ਕੁਛ ਪਰਸੈਂਟ ਹੈਗਾ, ਜੇ ਬਹੁਤ ਜ਼ਿਆਦਾ ਪਰਸੈਂਟ ਹੈਗਾ ਨਸ਼ਾ ਵਿਕ ਰਿਹਾ, ਘਰਾਂ ਦੇ ਘਰ ਤਬਾਹ ਹੋ ਗਏ, ਬੱਚੇ ਲੋਕਾਂ ਦੇ ਮਰ ਰਹੇ ਨੇ, ਘਰਾਂ ਦੇ ਘਰ ਵਿਕ ਰਹੇ ਨੇ, ਮਾਂ ਬਾਪ ਇੰਨੇ ਪਰੇਸ਼ਾਨ ਨੇ ਕਿ ਉਹ ਆਪਣਾ ਵੇਚ ਕੇ ਵਿਚਾਰੇ ਨਸ਼ਾ ਨਹੀਂ ਪੂਰਾ ਕਰ ਪਾ ਰਹੇ, ਔਰ ਬੱਚੇ ਨੌਜਵਾਨ ਖਤਮ ਹੋ ਰਹੇ ਨੇ। ਮੋਦੀ ਸਾਹਿਬ ਦੇ ਜੋ ਵਾਅਦੇ ਸੀ ਉਹ ਪੂਰੇ ਹੋਏ? ਨਹੀਂ, ਉਹ ਵੀ ਨਹੀਂ ਪੂਰੇ ਹੋਏ ਜੀ। ਸਵੱਛ ਭਾਰਤ ਸਰਵੇਖਣ ਹੁੰਦਾ ਹੈ, ਜਲੰਧਰ ਦਾ ਸਭ ਤੋਂ ਮਤਲਬ ਕੀ ਕਹਿ ਸਕਦੇ ਹਾਂ, ਉਮੀਦ ਕੀਤੀ ਜਾ ਰਹੀ ਸੀ ਕਿ ਇੱਕ ਵਧੀਆ ਰੈਂਕ ਆਏਗਾ, ਪਰ ਜਲੰਧਰ ਦਾ ਰੈਂਕ ਨਹੀਂ ਆਉਂਦਾ। ਬਿਲਕੁਲ ਠੀਕ ਤੁਹਾਡੀ ਗੱਲ, ਅਸੀਂ ਇੱਕ ਫੋਟੋ ਖਿਚਾਉਂਦੇ ਹਾਂ ਸਰਵ ਭਾਰਤ ਨੂੰ ਸਾਫ਼ ਸੁਥਰਾ ਬਣਾਉਣ ਲਈ, ਪਰ ਦਿਲੋਂ ਕੋਈ ਵੀ ਇਹ ਕੰਮ ਕਰਨ ਨੂੰ ਤਿਆਰ ਨਹੀਂ। ਉਹ ਕਹਿੰਦੇ ਵੀ ਨਹੀਂ, ਇਸ ਬੰਦੇ ਡਿਊਟੀ ਉਹੀ ਕਰੇਗਾ, ਜਦਕਿ ਅਸੀਂ ਕਹਿੰਦੇ ਕਿ ਅਸੀਂ ਆਪਣਾ ਆਪ ਸਵੱਛ ਬਣਾਉਣਾ ਚਾਹੁੰਦੇ ਹਾਂ, ਆਲਾ ਦੁਆਲਾ ਸਾਫ਼ ਰਹੇ। ਇੱਥੇ ਕੰਪਨੀ ਵਾਲ 'ਚ ਦੇਖ ਲਓ, ਹਰ ਕੋਈ ਬੰਦਾ ਬਿਨ ਦੇ ਵਿੱਚ ਪ੍ਰੋਪਰ ਚੀਜ਼ ਸਿੱਟਣ ਨੂੰ ਤਿਆਰ ਨਹੀਂ। ਇਹ ਸਾਡੀ ਵੀ ਪਬਲਿਕ ਦੀ ਡਿਊਟੀ ਆ, ਅੱਗੇ ਸਰਕਾਰ ਨੇ ਬਿਨ ਚਲਾਈਆਂ ਸੀ, ਉੱਥੇ ਪ੍ਰੋਪਰ ਜਗ੍ਹਾ 'ਤੇ ਚੀਜ਼ ਰੱਖੀਏ ਤਾਂ ਕਿ ਠੀਕ ਤਰ੍ਹਾਂ ਸਾਫ਼ ਸੁਥਰਾ ਰਹਿ ਸਕੇ ਜੀ, ਅਗਰ ਫਿਰ ਵਧੀਆ ਮਿਲੇ ਜੀ। ਅਤੇ ਮਤਲਬ ਜਿਹੜੇ 4 ਉਮੀਦਵਾਰਾਂ ਦਾ ਐਲਾਨ ਇੱਥੇ ਕੀਤਾ ਗਿਆ ਹੈ ਵੱਖ ਵੱਖ ਪਾਰਟੀਆਂ ਵੱਲੋਂ, ਉਹਨਾਂ ਦੇ ਵਿੱਚੋਂ ਤੁਸੀਂ ਕਿਸ ਨੂੰ ਜ਼ਿਆਦਾ ਸਮਰਥਨ ਦਿੰਦੇ? ਸਮਰਥਨ ਮੈਡਮ ਜੀ, ਇਸ ਵੇਲੇ ਤਾਂ ਇਸ ਤਰ੍ਹਾਂ ਲੱਗਦਾ ਵੀ ਜਿੱਦਾਂ ਵੋਟ ਹੀ ਨਾ ਪਾਈ ਜਾਵੇ ਜੀ। ਤੁਹਾਡੇ ਕੋਲ ਨੋਟਾ ਦਾ ਆਪਸ਼ਨ ਹੈ? ਨੈਚੁਰਲੀ, ਕਿਉਂਕਿ ਜਿਸ ਬੰਦੇ ਨੇ ਕੰਮ ਹੀ ਨਹੀਂ ਕਰਨਾ, ਸਰਕਾਰਾਂ ਬਣਨ ਤੋਂ ਬਾਅਦ ਵੀ ਇਹਨਾਂ ਦੇ ਉਹੀ ਹਾਲ ਨੇ, ਅਤੇ ਇਹਨਾਂ ਨੋਟਾਂ ਨੂੰ ਜ਼ਿਆਦਾ ਲਾਈਕ ਕੀਤਾ ਜ਼ਿਆਦਾ ਬੈਟਰ ਹੈ। ਅਗਰ ਗੱਲ ਕਰੀਏ ਸੋਸ਼ਲ ਮੀਡੀਆ ਦੀ, ਤਾਂ ਆਏ ਦਿਨ ਅਗਰ ਕਿਸੇ ਵੀ ਸਿਆਸਤਦਾਨ ਦਾ ਅਸੀਂ ਪੇਜ ਦੇਖੀਏ ਫੇਸਬੁੱਕ ਦਾ, ਅਤੇ ਉਹਦੇ ਉੱਪਰ ਸਿਰਫ ਇੱਕ ਹੜ ਲੱਗਾ ਹੋਇਆ ਪੋਸਟਾਂ ਦਾ, ਜਿਹਦੇ ਵਿੱਚ ਆ ਰਿਹਾ ਕਿ ਅਸੀਂ ਇਹ ਵਾਅਦੇ ਪੂਰੇ ਕੀਤੇ, ਅਸੀਂ ਇਹ ਵਾਅਦੇ ਪੂਰੇ ਕੀਤੇ, ਅਤੇ ਕਿਹੜੀ ਸਰਕਾਰ ਨੇ ਆਪਣੇ ਵਾਅਦੇ ਪੂਰੇ ਕੀਤੇ ਨੇ? ਮੈਡਮ, ਸਰਕਾਰਾਂ ਨੇ ਤਾਂ ਜਿੰਨੀਆਂ ਹੋ ਸਕਦੀਆਂ, ਜਿੰਨੀਆਂ ਕਿੰਨੀਆਂ ਕਹੀਆਂ ਆਈਆਂ ਉਨੀਆਂ ਸੱਤਾ ਪਰ ਪਾਪੜ ਤਾਂ ਸਾਰੀਆਂ ਪੂਰੀਆਂ ਨਹੀਂ ਹੋ ਸਕਦੀਆਂ, ਕਿਉਂਕਿ ਇੰਨਾ ਪੋਸੀਬਲ ਹੈ ਨਹੀਂ। ਲੇਕਿਨ ਕੁਛ ਵਾਅਦੇ ਹੈਗੇ, ਜੈਸੇ ਕੁਛ ਕਈਆਂ ਸੜਕਾਂ ਹੈ, ਕਈਆਂ ਫਲਾਈਓਵਰ ਹੈ, ਕੁਛ ਤੋਂ ਸੜਕਾਂ, ਜੈਸੇ ਕੁਛ ਕਰਜ਼ ਮਾਫ਼ੀ ਹੈ, ਇਹ ਕਾਫ਼ੀ ਹੱਦ ਤੱਕ ਤਾਂ ਕੁਛ ਤੋਂ ਕੀਤੇ ਹੀ ਹੈ। ਔਰ ਫਿਰ ਜਿੱਦਾਂ ਹੁਣ ਮੋਦੀ ਸਰਕਾਰ ਦੀ ਗੱਲ ਹੈ, ਉਹਨਾਂ ਨੇ ਜਿੱਦਾਂ ਹੁਣ ਕਿੰਨੇ ਵਾਅਦੇ ਕੀਤੇ, ਕਾਫ਼ੀ ਪੂਰੇ ਵੀ ਕੀਤੇ, ਕਈਆਂ ਚੀਜ਼ਾਂ ਬਣਾਈਆਂ ਵੀ, ਉਹ ਅੱਗੇ ਅਗਰ 5 ਸਾਲ ਆਪਾਂ ਉਹਨਾਂ ਨੂੰ ਹੋਰ ਮੌਕਾ ਦੇਵਾਂਗੇ ਤਾਂ ਜਿਹੜਾ ਰੈਂਕ ਘਾਟ ਆਏਗੀ ਉਹ ਫਿਰ ਪੂਰੀ ਹੋ ਜਾਊਗੀ। ਪਰ ਵਿਰੋਧੀ ਇਹ ਗੱਲ ਕਹਿੰਦੇ ਨੇ ਕਿ ਮੋਦੀ ਸਾਹਿਬ ਨੇ ਵਾਅਦੇ ਪੂਰੇ ਨਹੀਂ ਕੀਤੇ, ਪਰ ਉਹਨਾਂ ਨੇ ਇੰਨਾ ਸੋਸ਼ਲ ਮੀਡੀਆ ਨੂੰ ਆਪਣੇ ਪੱਖ ਵਿੱਚ ਕਰ ਲਿਆ, ਇੰਨਾ ਪ੍ਰੋਪੋਗੈਂਡਾ ਸੈੱਟ ਕਰਤਾ ਕਿ ਲੋਕਾਂ ਨੂੰ ਲੱਗਦਾ ਹੈ ਕਿ ਉਹਨਾਂ ਨੇ ਵਾਅਦੇ ਪੂਰੇ ਕੀਤੇ। ਨਹੀਂ, ਵਾਅਦੇ ਪੂਰੇ ਕੀਤੇ, ਐਸੀ ਗੱਲ ਨਹੀਂ, ਵਾਅਦੇ ਕਾਫ਼ੀ ਪੂਰੇ ਕੀਤੇ। ਅਬ ਇਹ ਤਾਂ ਮੈਡਮ ਹੈ ਨਹੀਂ, ਹੋ ਨਹੀਂ ਸਕਦਾ ਕਿ 5 ਸਾਲ 'ਚ ਸਾਰੀਆਂ ਚੀਜ਼ਾਂ ਇੱਕਦਮ ਸੇ ਪੂਰੀ ਹੋ ਜਾਣ, ਉਹਨਾਂ ਵਾਸਤੇ ਸਮਾਂ ਚਾਹੀਦਾ। ਜੈਸੇ ਕਾਂਗਰਸ ਨੂੰ ਇੰਨੇ 55 ਸਾਲ ਇਹਨੇ ਰਾਜ ਕੀਤਾ, ਉਹਨਾਂ ਨੇ ਕਿੰਨੇ ਵਾਅਦੇ ਪੂਰੇ ਕੀਤੇ। ਹੁਣ ਆ ਜੋ ਕਿ ਕਹਿ ਰਹੀ ਹੈ ਕਿ ਗਰੀਬੀ ਹਟਾਓ, ਇਹ ਆਮ ਪਬਲਿਕ ਨੂੰ ਜਾਂ 20% ਜਿਹੜੇ ਨਾਗਰਿਕਾਂ ਨੂੰ 72,000 ਰੁਪਇਆ ਦੇਵਾਂਗੇ, ਕਿੱਥੋਂ ਦੇ ਦੇਣਗੇ, ਹੈ ਨਾ? ਇਹ ਪੋਸੀਬਲ ਹੈ? ਇਹ ਨਹੀਂ ਹੈ, ਇਹ ਖਾਲੀ ਝੂਟੇ ਵਾਅਦੇ ਹੀ ਹੈ। ਜਿਸ ਤਰ੍ਹਾਂ ਜਲੰਧਰ ਦਾ PAP ਦੇ ਫਲਾਈਓਵਰ ਦੀ ਗੱਲ ਕਰੀਏ, ਤਾਂ ਕਾਫ਼ੀ ਲੰਬੇ ਸਮੇਂ ਤੋਂ ਇਹ ਅਟਕਿਆ ਹੋਇਆ ਪ੍ਰੋਜੈਕਟ ਸੀ, ਕਹਿ ਸਕਦੇ ਹਾਂ ਕਿ ਇੱਕ ਕਿਸਮ ਦੇ ਨਾਲ ਕਾਲ ਦੇ ਵਿੱਚ ਉਹਨੂੰ ਸ਼ੁਰੂ ਕਰ ਦਿੱਤਾ, ਤੁਸੀਂ ਨਹੀਂ ਇਸ ਤਰ੍ਹਾਂ ਮੰਨਦੇ? ਕਾਲ ਦੇ ਵਿੱਚ ਸ਼ੁਰੂ ਕੀਤਾ, ਪੂਰਾ ਨਹੀਂ ਕੰਮ ਹੋ ਜਾਵੇ ਤਾਂ ਵੀ ਉਹ ਬੰਦ ਚਲਾ ਕੇ ਫਿਰ ਬੰਦ ਕਰਤਾ, ਵੀ ਉਹਦੇ ਨਾਲ ਕਿੰਨੇ ਕੁ ਮੁਕਸਦ 15 ਦਿਨ ਕਿਆ ਹੋਰ ਲੱਗਣੇ, ਪਰ ਮੁਸ਼ਕਿਲ ਹੈ ਵੀ ਹੋ ਜਾਵੇ ਕੰਮ। ਪਰ ਫਿਰ ਸਰਕਾਰ ਵੱਲੋਂ ਅਜਿਹੇ ਮੁੱਦੇ ਤੁਸੀਂ ਮੰਨਦੇ ਹੋ ਜੋ ਚੋਣਾਂ ਦੇ ਸਮੇਂ ਪੂਰੇ ਕੀਤੇ ਜਾਣ, ਉਹੀ ਸਹੀ ਹੁੰਦੇ ਨੇ? ਨਹੀਂ ਨਹੀਂ, ਉਹ ਨਹੀਂ ਸਹੀ ਹੁੰਦੇ, ਇਹ ਤਾਂ ਵੀ ਆਪਣੀ ਕਿਉਂ ਬਨਾਵਟੀ ਗੱਲਾਂ ਵੀ ਕਰਾਂਗੇ, ਕਰਦਾ ਕੋਈ ਨਹੀਂ ਗਾ, ਪਤਾ ਵੀ ਉਹ ਇਹ ਹੋ ਗਿਆ, ਵੋਟਰ ਨੂੰ ਪਿੱਛੇ ਲਾਉਣ ਵਾਲੀ ਗੱਲ ਹੈ ਵੀ ਪਾਓ ਪਾਓ। ਕੀ ਚਾਹੁੰਦੇ ਹੋ, ਕਿਸ ਤਰ੍ਹਾਂ ਦਾ ਮੈਂਬਰ ਪਾਰਲੀਮੈਂਟ ਹੋਵੇ? ਮੈਂਬਰ ਹੋਵੇ ਪਰ ਮਿਹਨਤੀ ਹੋਵੇ, ਇਮਾਨਦਾਰ ਹੋਵੇ, ਆ ਕੁਛ ਨਹੀਂ, ਕੋਈ ਮਿਹਨਤੀ ਨਾ ਇਮਾਨਦਾਰ ਕੋਈ ਬੰਦਾ ਮਿਹਨਤੀ ਨਾ ਬਣ ਸਕਦਾ। ਕੀ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਦਾ ਤੁਹਾਡਾ ਸੰਸਦ ਮੈਂਬਰ ਹੋਣਾ ਚਾਹੀਦਾ? ਸੰਸਦ ਮੈਂਬਰ ਸਾਡਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਜਿਹੜਾ ਸਾਨੂੰ ਗੁੰਮਰਾਹ ਨਾ ਕਰੇ, ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਨਾ ਕਰੇ, ਵਧੀਆ, ਜਿਸ ਤਰ੍ਹਾਂ ਕਿ ਹਰ ਬੰਦਾ ਦੇਸ਼ ਦਾ ਚਾਹੁੰਦਾ ਕਿ ਅਸੀਂ ਫੋਰਨ ਕੰਟਰੀ ਵਰਗਾ ਸਾਡਾ ਦੇਸ਼ ਹੋ ਜਾਵੇ, ਪਰ ਜਿਹੜੇ ਸਾਡੇ ਮੈਂਬਰ ਆ ਉਹ ਸਾਨੂੰ ਧਰਮ ਦੇ ਨਾਂ 'ਤੇ, ਜਾਤ ਪਾਤ ਦੇ ਨਾਂ 'ਤੇ ਲੜਾਉਂਦੇ ਰਹਿੰਦੇ ਆ ਅਤੇ ਦੇਸ਼ ਬਾਰੇ ਘੱਟ ਹੀ ਸੋਚਦੇ ਆ। ਜਿਹੜਾ ਸਾਡੇ ਸੰਸਦ ਅੱਜ ਕੱਲ੍ਹ
ਕੀ ਮੁੱਦੇ ਨੇ ਸ਼ਹਿਰ ਦੇ, ਕੀ ਵਿਕਾਸ ਜਿਹੜਾ ਹੈ ਹਲੇ ਹੋਣਾ ਬਾਕੀ ਆ? ਮੁੱਦੇ ਤਾਂ ਮੈਡਮ ਕਈ ਆ, ਜਿਸ ਤਰ੍ਹਾਂ ਸੜਕਾਂ ਦੇਖੋ ਤੁਸੀਂ, ਹਰ ਜਗ੍ਹਾ ਟੁੱਟੀਆਂ ਹੈਗੀਆਂ ਸਾਰੀਆਂ, ਅਤੇ ਸਫਾਈ ਦੇਖੋ, ਮਤਲਬ ਗੰਦਗੀ ਭਰੀ ਹੋਈ ਹੈ ਸ਼ਹਿਰ ਦੇ ਵਿੱਚ, ਬਹੁਤ ਬੁਰਾ ਹਾਲ ਹੈ ਸ਼ਹਿਰ ਦਾ। ਹੁਣ ਇਹ ਸੜਕਾਂ ਦਾ ਪੈਚ ਵਰਕ ਤਾਂ ਕੀਤਾ ਸਰਕਾਰ ਨੇ, ਪੈਚ ਵਰਕ ਨਾਲ ਮੈਡਮ ਕੀ ਹੋਊਗਾ? ਕੁਛ ਨਹੀਂ ਹੋਊਗਾ, ਪੈਚ ਵਰਕ ਤਾਂ ਆ ਹੁਣ ਹੋਊਗਾ, ਹਫ਼ਤੇ ਬਾਅਦ ਫਿਰ ਟੁੱਟ ਜਾਊਗੀ, ਸਹੀ ਤਰੀਕੇ ਨਾਲ ਤਾਂ ਕੁਛ ਵੀ ਨਹੀਂ ਨਾ ਜੀ। ਹਾਂ ਜੀ, ਮੋਦੀ ਸਰਕਾਰ ਕਹਿੰਦੀ ਹੈ ਕਿ ਜਿਹੜੇ 5 ਸਾਲਾਂ ਦੇ ਵਿੱਚ ਉਹਨਾਂ ਨੇ ਪੂਰੇ ਦੇਸ਼ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਹੈ, ਕੀ ਤੁਸੀਂ ਉਸ ਦੇ ਨਾਲ ਸਹਿਮਤ ਹੋ? ਜੀ ਬਿਲਕੁਲ ਸਹਿਮਤ ਹੈ ਜੀ। ਅਸੀਂ ਸਾਡਾ ਪਰਸਨਲ ਸੁਝਾਅ ਹੈ ਜਾਂ ਪਰਸਨਲ ਰਾਏ ਹੈ ਕਿ ਉਹਨਾਂ ਨੇ ਜੋ ਵੀ ਕਰ ਰਿਹਾ ਮੇਰੇ ਹਿਸਾਬ ਨਾਲ ਬਹੁਤ ਵਧੀਆ ਕਰ ਰਿਹਾ, ਅਸੀਂ ਸੈਟਿਸਫਾਈ ਹੈ, ਔਰ ਇਹਦਾ ਦਾ ਲੋਕ ਨੂੰ ਅੱਗੇ ਲਾਉਣਾ ਚਾਹੀਦਾ, ਚਾਹੇ ਆਪਣੇ ਪਾਰਲੀਮੈਂਟ ਮੈਂਬਰ ਹੋ ਜਾਂ ਪ੍ਰਾਈਮ ਮਿਨਿਸਟਰ ਹੋ ਜਾਂ CM ਹੋ, ਇਹਦਾ ਦਾ ਬੰਦਾ ਅੱਗੇ ਕਰਨਾ ਚਾਹੀਦਾ। ਅਤੇ ਅਗਰ ਗੱਲ ਕਰੀਏ ਮੈਂਬਰ ਪਾਰਲੀਮੈਂਟ ਦੀ, ਤਾਂ ਤੁਸੀਂ ਕੀ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਦਾ ਮੈਂਬਰ ਪਾਰਲੀਮੈਂਟ ਹੋਣਾ ਚਾਹੀਦਾ? ਇਮਾਨਦਾਰੀ ਔਰ ਨਿਸ਼ਠਾ ਨਾਲ ਕੰਮ ਕਰੇ ਅਤੇ ਆਪਣਾ ਸਿਸਟਮ ਨੂੰ ਸਹੀ ਤਰੀਕੇ ਨਾਲ ਚਲਾ। ਤੁਸੀਂ ਕਹਿੰਦੇ ਹੋ ਕਿ ਜੋ ਮੋਦੀ ਸਰਕਾਰ ਨੇ ਕੀਤਾ, ਮੋਦੀ ਸਰਕਾਰ ਨੇ 5 ਸਾਲ ਦੇ ਵਿੱਚ ਇੱਕ ਚਾਹ ਵਾਲਾ ਮੁਹਿੰਮ ਪਹਿਲਾਂ ਚਲਾਈ ਸੀ, ਉਸ ਤੋਂ ਬਾਅਦ ਹੁਣ ਚੌਂਕੀਦਾਰ ਮੁਹਿੰਮ ਚਲਾਈ, ਉਸ ਦੇ ਨਾਲ ਤੁਸੀਂ ਸਹਿਮਤ ਹੋ? ਜੀ ਬਿਲਕੁਲ ਸਹਿਮਤ ਹੈ ਜੀ, ਕਿਉਂਕਿ ਹਰ ਬੰਦਾ ਉਹਦੇ ਨਾਲ ਇਹੀ ਮੈਸੇਜ ਆਉਂਦਾ ਕਿ ਬੰਦਾ ਇਮਾਨਦਾਰੀ ਨਾਲ ਕੰਮ ਕਰੇ, ਅਸੀਂ ਚੌਕੀਦਾਰ ਹੈ, ਚੌਕੀਦਾਰੀ ਇਮਾਨਦਾਰੀ ਨਾਲ ਕਰਨ, ਠੀਕ ਹੈ ਜੀ, ਬਸ ਸਹੀ ਮੈਸੇਜ ਹੈ, ਅਸੀਂ ਸੈਟਿਸਫਾਈ ਹੈ ਔਰ ਉਹ 'ਚ ਕੋਈ ਡਾਊਟ ਨਹੀਂ। ਇਸ ਸਮੇਂ ਸਾਡੇ ਨਾਲ ਹੋਰ ਵੀ ਜਿਹੜੇ ਲੋਕ ਮੌਜੂਦ ਨੇ, ਉਹਨਾਂ ਤੋਂ ਵੀ ਜਾਣਾਂਗੇ ਕੀ ਮੁੱਦੇ ਨੇ ਜਲੰਧਰ ਸ਼ਹਿਰ ਦੇ, ਕਿਸ ਤਰ੍ਹਾਂ ਦਾ ਉਹ ਸੰਸਦ ਮੈਂਬਰ ਚਾਹੁੰਦੇ ਨੇ, ਅਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਕੀ ਮੁੱਦੇ ਨੇ ਜਲੰਧਰ ਦੇ ਮੁੱਖ? ਜਲੰਧਰ ਦੇ ਮੁੱਖ ਇਸ ਵੇਲੇ ਤਾਂ ਜਦ ਦਾ ਰਿਕਾਰਡ ਚੱਲਦਾ ਪਿਆ, ਅੱਜ ਤੱਕ ਤਾਂ ਕਾਂਗਰਸ ਜਿੱਤੀ, ਇੱਕ ਵਾਰੀ ਗੁਜਰਾਤ ਦੀ ਜਿੱਤੇ ਸੀ, ਮਗਰ ਇੱਥੇ ਕੋਈ ਕੈਂਡੀਡੇਟ ਅਕਾਲੀ ਦਲ ਦਾ ਕੋਈ ਸੋਲਿਡ ਨਹੀਂ, ਅਟਵਾਲ ਜੀ ਨੇ ਅਤੇ ਕਾਂਗਰਸ ਨੇ ਚੌਧਰੀ ਸੰਤੋਖ ਸਿੰਘ ਨੂੰ ਟਿਕਟ ਦਿੱਤੀ ਹੈ, ਅਤੇ ਹੁਣੇ ਉਹਨਾਂ ਦੇ ਉੱਪਰ ਸਟਿੰਗ ਆਪਰੇਸ਼ਨ ਵੀ ਹੋਇਆ, ਇਸਦਾ ਕੋਈ ਫਰਕ ਪਏਗਾ? ਹੋਇਆ, ਫਰਕ ਤਾਂ ਪਏਗਾ, ਮਗਰ ਸਮਝਦਾ ਨਹੀਂ ਉਹਨੂੰ ਵੋਟ ਪਾਏਗਾ, ਜੋ ਉਹਨਾਂ ਨੇ ਕੀਤਾ, ਜੋ ਉਹਨਾਂ ਨੇ ਓਪਨ ਕੀਆ ਕਿ ਅਸੀਂ 1,000 ਰੁਪਈਆ ਦਿਓ ਅਤੇ ਕੰਮ ਕਰਾਓ, ਇਸ ਕਰਕੇ ਉਹਨਾਂ ਦਾ ਸਾਡੇ ਚਾਹੀਦਾ, ਸਮਝਦਾ ਪੜ੍ਹੇ ਲਿਖਿਆਂ ਨੂੰ ਕਿ ਉਹਨੂੰ ਵੋਟ ਬਿਲਕੁਲ ਨਹੀਂ ਪਾਉਣੀ ਚਾਹੀਦੀ। ਜਿਸ ਤਰ੍ਹਾਂ ਕੈਪਟਨ ਸਰਕਾਰ ਗੱਲ ਕਰਦੀ ਹੈ, ਅਗਰ ਪੰਜਾਬ ਦੀ ਸਰਕਾਰ ਦੀ ਗੱਲ ਕਰੀਏ, ਤਾਂ ਕੈਪਟਨ ਸਾਹਿਬ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਉਹਨਾਂ ਨੇ ਨਸ਼ੇ ਦਾ ਲੱਕ ਤੋੜ ਦਿੱਤਾ, ਅਗਰ ਜ਼ਮੀਨੀ ਹਕੀਕਤ ਦੀ ਗੱਲ ਕਰੀਏ ਤਾਂ ਇਸ ਦੇ ਨਾਲ ਤੁਸੀਂ ਕਿੰਨੇ ਸਹਿਮਤ ਹੋ? ਨਸ਼ਾ ਜਿਹੜਾ ਜ਼ਿਆਦਾ ਉਹ ਪਿੰਡਾਂ ਵਾਲੇ ਏਰੀਏ 'ਚ ਜ਼ਿਆਦਾ ਲੋਕ ਯੂਜ਼ ਕਰਦੇ ਆ, ਸ਼ਹਿਰਾਂ ਦੇ ਲੋਕ ਤਾਂ ਆਪਣੇ ਆਪਣੇ ਕੰਮ ਕਾਰ 'ਚ ਬਿਜ਼ੀ ਰਹਿੰਦੇ ਨੇ, ਇਸ ਕਰਕੇ ਉਹ ਇੰਨੇ ਪਾਸੇ ਨਹੀਂ ਜਾਂਦੇ। ਕੁਛ ਲੱਗੇ ਨੇ ਜਮਾਟੋ 'ਚ ਜੇ ਨਸ਼ਾ ਮੁੰਡੇ ਕਰਦੇ ਸੀ, ਵਿਹਲੇ ਸਨ, ਘਰ ਬੈਠੇ ਸਨ, ਕੋਈ ਕੰਮ ਨਹੀਂ ਸੀ, ਉਹ ਆਈ ਜਮਾਟੋ 'ਚ ਲੱਗ ਗਏ, ਜਿਮਸੀ ਲੱਗ ਗਏ, ਉਹਦੇ ਨਾਲ ਬਹੁਤ ਫਰਕ ਅੰਤਰ ਪਿਆ। ਨਰਿੰਦਰ ਮੋਦੀ ਵੱਲੋਂ ਇੱਕ ਚੌਂਕੀਦਾਰ ਮੁਹਿੰਮ ਜਿਹੜੀ ਹੈ ਸ਼ੁਰੂ ਕੀਤੀ ਗਈ ਹੈ, ਅਤੇ ਤੁਸੀਂ ਉਸਨੂੰ ਕਿੰਨਾ ਕੁ ਸਹੀ ਮੰਨਦੇ ਹੋ? ਬਿਲਕੁਲ ਸਹੀ ਹੈ, ਨਰਿੰਦਰ ਮੋਦੀ ਇੱਕ ਅੱਛੇ ਪ੍ਰਧਾਨ ਮੰਤਰੀ ਨੇ ਦੇਸ਼ ਦੇ, ਅਤੇ ਉਹਨਾਂ ਨੂੰ ਠੀਕ ਹੈ, ਜੋ ਕਰ ਰਹੇ ਨੇ ਮੁਲਕ ਲਈ ਬਹੁਤ ਅੱਛਾ ਕਰ ਰਹੇ ਨੇ। ਅਗਰ ਜਲੰਧਰ ਦੀ ਆਪਾਂ ਗੱਲ ਕਰੀਏ, ਤਾਂ ਇਸਦੇ ਜਿਹੜੇ ਸੜਕਾਂ ਦਾ ਮੁੱਖ ਮੁੱਦਾ ਹੈ, ਸੜਕਾਂ ਦੇ ਉੱਪਰ ਪੈਚ ਵਰਕ ਹੁਣੇ ਸਰਕਾਰ ਨੇ ਕੀਤਾ ਹੈ, ਕਿ ਤੁਸੀਂ ਕਿੰਨਾ ਇਸ ਨੂੰ ਸਹੀ ਮੰਨਦੇ ਹੋ ਕਿ ਜਿਹੜੇ ਜਲੰਧਰ ਦੇ ਮੁੱਖ ਮੁੱਦੇ ਨੇ ਉਹਨਾਂ ਵੱਲ ਧਿਆਨ ਸਰਕਾਰ ਦਿੰਦੀ ਹੈ? ਬਿਲਕੁਲ ਨਹੀਂ ਦੇ ਰਹੀ, ਇੰਨੇ 10 ਸਾਲ ਹੋ ਗਏ ਨੇ, ਸੜਕਾਂ ਕੋਈ ਨਹੀਂ ਬਣੀਆਂ, ਅੱਜ ਹੁਣ ਦੇਖ ਰਹੇ ਹਾਂ ਇਲੈਕਸ਼ਨ ਨੇੜੇ ਆਏ ਨੇ ਅਤੇ ਕੁਛ ਕੁਛ ਸੜਕਾਂ ਸ਼ੁਰੂ ਹੋਈਆਂ ਨੇ। ਇਹ ਮੇਨ ਮੁੱਦਾ ਹੈ, ਕਿਉਂਕਿ ਸੜਕਾਂ ਇੰਨੀਆਂ ਖਰਾਬ ਨੇ, ਆਮ ਜਿਹੜੇ ਨਾਗਰਿਕ ਇਹਦੇ 'ਤੇ ਚੱਲਦੇ ਨੇ, ਸੀਨੀਅਰ ਸਿਟੀਜ਼ਨ ਨੇ, ਉਹਨਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ, ਸੜਕਾਂ 'ਚ ਇੰਨੇ ਨੇ ਡੇਢ ਡੇਢ 2-2 ਫੁੱਟ ਦੇ ਟੋਏ ਨੇ, ਬੜੀ ਵਾਰ ਅਖਬਾਰਾਂ 'ਚ ਵੀ ਆਉਂਦਾ, ਨਿਊਜ਼ 'ਚ ਵੀ ਆਉਂਦਾ, ਲੇਕਿਨ ਇਹਦੇ ਬਾਰੇ 'ਚ ਬਹੁਤ ਘੱਟ ਮਤਲਬ ਧਿਆਨ ਦਿੱਤਾ ਗਿਆ, ਲੇਕਿਨ ਹੁਣ ਦਿੱਤਾ ਗਿਆ ਥੋੜ੍ਹਾ। ਤੁਸੀਂ ਗੱਲ ਕਰ ਰਹੇ ਹੋ ਕਿ ਤੁਸੀਂ ਮੋਦੀ ਸਾਹਿਬ ਦੀ ਜਿਹੜੀ ਕਾਰਗੁਜ਼ਾਰੀ ਉਸਦੇ ਨਾਲ ਖੁਸ਼ ਹੋ, ਅਤੇ ਕਿੰਨੇ ਵਾਅਦੇ ਜਿਹੜੇ ਉਹਨਾਂ ਦੀ ਸਰਕਾਰ ਨੇ ਪੂਰੇ ਕੀਤੇ ਨੇ? ਫਾਇਦੇ ਤਾਂ ਦੇਖੋ ਜੀ, ਹਰ ਸਰਕਾਰ ਕਰਦੀ ਹੈ, ਔਰ ਜਿੰਨੇ ਉਹਨਾਂ ਕੋਲੋਂ ਹੋ ਸਕਦੇ ਨੇ ਉਹਨੇ ਪੂਰੇ ਕਰਦੇ ਨੇ, ਬਾਕੀ ਪਬਲਿਕ ਤਾਂ ਸੈਟਿਸਫਾਈਡ ਕਿਸੇ ਨਾਲ ਵੀ ਨਹੀਂ ਹੁੰਦੀ। ਤੁਸੀਂ ਕੀ ਚਾਹੁੰਦੇ ਹੋ ਕਿ ਜਿਹੜਾ ਪ੍ਰਧਾਨ ਮੰਤਰੀ ਦੇਸ਼ ਦਾ ਹੋਣਾ ਚਾਹੀਦਾ ਹੈ, ਕਿਸ ਤਰ੍ਹਾਂ ਦਾ ਹੋਣਾ ਚਾਹੀਦਾ? ਨਰਿੰਦਰ ਮੋਦੀ ਵਰਗਾ। ਨਰਿੰਦਰ ਮੋਦੀ, ਅਤੇ ਤੁਸੀਂ ਨਰਿੰਦਰ ਮੋਦੀ ਦੀ ਕਾਰਗੁਜ਼ਾਰੀ ਦੇ ਨਾਲ ਪੂਰੀ ਤਰ੍ਹਾਂ ਸੰਤੁਸ਼ਟ ਹੋ? ਖੁਸ਼ ਹੈ ਜੀ। ਅਤੇ ਕਾਂਗਰਸ ਤੋਂ ਕੀ ਸ਼ਿਕਾਇਤਾਂ ਨੇ? ਕਾਂਗਰਸ ਨੇ ਆਪਣੇ ਕਿਸੇ ਵੀ ਮੁੱਦੇ 'ਤੇ ਪੂਰੀ ਨਹੀਂ ਉਤਰੀ। ਬੱਚਿਆਂ ਨੂੰ ਨੌਕਰੀ ਦੇਣ ਦਾ ਮੁੱਦਾ ਲੈ ਲਓ, ਬੱਚਿਆਂ ਨੂੰ ਕੰਮ ਕਾਰ ਦੇਣ ਦਾ ਕੁਛ ਵੀ ਕਰ ਲਓ, ਕੋਈ ਮੁੱਦੇ ਪੂਰੇ ਨਹੀਂ ਕੀਤਾ। ਗੁਟਕਾ ਸਾਹਿਬ ਸਿਰ ਰੱਖ ਕੇ ਕੈਪਟਨ ਨੇ ਸਹੁੰ ਪਾਈ ਸੀ, ਮੈਂ ਸਭ ਕੁਝ ਦਿਆਂਗਾ, ਕੁਛ ਨਹੀਂ ਦਿੱਤਾ, ਜਾਂ ਪੈਨਸ਼ਨ ਦੇਵਾਂਗਾ, 2500 ਰੁਪਏ ਮਹੀਨਾ ਦੇਵਾਂਗਾ, ਕੁਛ ਨਹੀਂ ਦਿੱਤਾ ਕਿਸੇ ਨੂੰ ਵੀ, ਅਤੇ ਹਰ ਮੁੱਦੇ ਤੋਂ ਫੇਲ ਹੋ ਚੁੱਕੀ ਹੈ, ਅਤੇ ਇਹ ਤਾਂ ਸਰਕਾਰ ਬਦਲਣੀ ਚਾਹੀਦੀ ਹੁਣ ਜੀ। ਮਤਲਬ ਤੁਸੀਂ ਜਿਹੜੀ ਵਾਅਦੇ ਲਾ ਰਿਆਂ ਦੀ ਰਾਜਨੀਤੀ ਨਹੀਂ ਚਾਹੁੰਦੇ, ਜ਼ਮੀਨੀ ਹਕੀਕਤ ਜੋ ਹਕੀਕਤ ਦੇ ਵਿੱਚ ਕੰਮ ਕਰਕੇ ਦਿਖਾਏ, ਉਸ ਤਰ੍ਹਾਂ ਦੀ ਸਰਕਾਰ ਚਾਹੁੰਦੇ? ਬਿਲਕੁਲ ਜੀ, ਹਕੀਕਤ ਕਰ ਕਰਕੇ ਦਿਖਾਵੇ।
ਤੇ ਤੁਸੀਂ ਕੀ ਚਾਹੁੰਦੇ ਹੋ ਕਿ ਕੀ ਜਿਹੜੇ ਮੁੱਖ ਮੁੱਦੇ ਨੇ ਸੜਕਾਂ ਦੇ ਮੁੱਦੇ ਤੋਂ ਇਲਾਵਾ ਅਗਰ ਗੱਲ ਕਰੀਏ ਜਲੰਧਰ ਦੇ ਕਿਹੜੇ ਮੁੱਦੇ ਨੇ ਜਿਹੜੇ ਪੂਰੇ? ਦੇਖੋ ਜੀ, ਪਾਰਕ ਹੈ, ਇਹ ਕੰਪਨੀ ਬਾਗ ਇਹਨੂੰ ਅਸੀਂ ਕਹਿੰਦੇ ਹਾਂ, ਜਿੱਥੇ ਲੋਕ ਸੈਰ ਕਰਨ ਆਉਂਦੇ ਆ, ਡਸਟਬਿਨ ਭਰੇ ਹੋਏ ਨੇ, ਕਾਰਪੋਰੇਸ਼ਨ ਸਾਹਮਣੇ ਹੈ, ਉਹਦੀ ਨਜ਼ਰ ਥੱਲੇ ਸਭ ਕੁਝ ਹੋ ਰਿਹਾ, ਇੱਕ ਪੈਸੇ ਦੀ ਸਫਾਈ ਨਹੀਂ। ਤੁਸੀਂ ਦੇਖੋ ਸਵੀਮ ਆ ਜਿਹੜੇ ਫੋਨ ਬਣੇ ਹੋਏ ਨੇ, ਉਹਨਾਂ ਦੇ ਵਿੱਚ ਚਿੱਕੜ ਆ, ਪਾਣੀ ਨਾਲ ਭਰੇ ਹੁੰਦੇ, ਗੰਦੇ ਪਾਣੀ ਨਾਲ ਮੱਛਰ ਉੱਤੇ ਅਜੇ ਵੀ ਤੈਰ ਰਿਹਾ। ਤੁਸੀਂ ਪਾਰਕ ਦੀ ਸਫਾਈ 'ਤੇ ਬਿਲਕੁਲ ਧਿਆਨ ਨਹੀਂ, ਉਹਨਾਂ ਦੀ ਕਾਰਪੋਰੇਸ਼ਨ ਦੀ ਨੱਕ ਥੱਲੇ, ਕਮਿਸ਼ਨਰ ਦੀ ਨੱਕ ਥੱਲੇ ਸਭ ਕੁਝ ਹੋ ਰਿਹਾ। ਜੇ ਇਹਨਾਂ ਨੂੰ ਠੇਕਾ ਦਿੱਤਾ 2.5 ਲੱਖ 3 ਲੱਖ ਦਾ ਰੁਪਈਆ ਮਹੀਨੇ ਦਾ, ਤਾਂ ਉਹ ਕਿੱਥੇ ਜਾਂਦਾ ਕੀ ਹੈ? ਮਤਲਬ ਕਿ ਮੋਦੀ ਸਾਹਿਬ ਨੇ ਤਾਂ ਸਵੱਛ ਭਾਰਤ ਅਭਿਆਨ ਵੀ ਸ਼ੁਰੂ ਕੀਤਾ, ਉਹਨਾਂ ਨੇ ਕਿੰਨਾ ਵੱਡਾ ਬੀੜਾ ਚੱਕਿਆ ਸੀ ਜਿਹਦੀ ਉਹਨਾਂ ਨੇ ਧੱਜੀਆਂ ਉਡਾ ਤੀਆਂ। ਪਰ ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਸਾਡਾ ਵੀ ਖੁਦ ਦਾ ਇਹ ਬਣਦਾ ਹੈ ਕਿ ਅਸੀਂ ਵੀ ਜੋ ਸਫਾਈ, ਅਗਰ ਅਸੀਂ ਸਵੱਛ ਭਾਰਤ ਦੀ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਸਾਡਾ ਕਰਤੱਵ ਬਣਦਾ ਕਿ ਉਹਨੂੰ ਕਰੀਏ? ਮੈਡਮ, ਅਸੀਂ ਕਰੀਦਾ, ਧਿਆਨ ਦੇਈਦਾ, ਲੋਕਾਂ ਨੂੰ ਅਵੇਅਰ ਵੀ ਕਰੀਦਾ, ਵੀ ਆਪ ਵੀ ਧਿਆਨ ਰੱਖੋ, ਵੀ ਸਫਾਈ ਦਾ ਬਹੁਤ ਧਿਆਨ ਰੱਖੋ। ਪਰ ਜਿੱਥੇ ਕੰਮ ਸਰਕਾਰੀ ਮੁਲਾਜ਼ਮਾਂ ਨੇ ਕਰਨਾ ਹੁੰਦਾ, ਉਹ ਕੰਮ ਸਰਕਾਰੀ ਮੁਲਾਜ਼ਮਾਂ ਨੇ ਕਰਨਾ, ਸਰਕਾਰੀ ਮੁਲਾਜ਼ਮ ਤਾਂ ਕੰਮ ਕਰਕੇ ਖੁਸ਼ ਨਹੀਂ ਹੈ। ਜੇ ਉਹਨਾਂ ਦੀ ਸ਼ਿਕਾਇਤ ਕਰੀਏ ਅਸੀਂ ਕਿਸੇ ਵੀ ਸਰਕਾਰੀ ਮੁਲਾਜ਼ਮ ਦੀ, ਮੇਨ ਮੁੱਦੇ ਸਾਡੇ ਦੇਸ਼ ਦੇ ਜਿਹੜੇ ਆ, ਉਹਨਾਂ ਮੁੱਦਿਆਂ ਤੋਂ ਸਾਨੂੰ ਜਿਹੜੇ ਰਾਜਨੀਤਿਕ ਲੋਕ ਆ ਭੜਕਾ ਦਿੰਦੇ ਆ, ਸਾਨੂੰ ਚਾਹ ਦਾ ਮੁੱਦਾ, ਚੌਂਕੀਦਾਰ ਦਾ ਮੁੱਦਾ, ਇਹ ਸਾਡੇ ਨੈਸ਼ਨਲ ਮੁੱਦੇ ਨਹੀਂ ਆ, ਨੈਸ਼ਨਲ ਮੁੱਦੇ ਬਿਲਕੁਲ ਨਹੀਂ ਆ। ਹਿੰਦੁਸਤਾਨ ਦੇ ਲੋਕ ਭੋਲੇ ਆ, ਬਹੁਤ ਭੋਲੇ ਆ, ਉਹਨਾਂ ਨੂੰ ਭੜਕਾ ਦਿੰਦੇ ਆ, ਚਾਹ ਚਾਹ ਚਾਹ, ਮੁੱਦੇ ਚੌਂਕੀਦਾਰ ਚੌਂਕੀਦਾਰ ਚੌਂਕੀਦਾਰ, ਇਹ ਸਾਡੇ ਮੁੱਦੇ ਥੋੜੋ ਆ, ਸਾਡੇ ਮੁੱਦੇ ਤਾਂ ਹੋਰ ਆ। ਸਾਡੇ ਮੁੱਦੇ ਦੇਖੋ, ਇੱਕ ਬੰਦਾ ਕੋਈ ਕਿਸੇ ਵੀ ਦਫ਼ਤਰ 'ਚ ਚੱਲ ਜਾਂਦਾ ਕੰਮ ਕਰਾਉਣ, ਕਰਪਸ਼ਨ ਤੋਂ ਬਗੈਰ ਕੰਮ ਹੁੰਦਾ ਹੀ ਨਹੀਂ, ਚਾਹੇ ਕਾਂਗਰਸ ਦੀ ਸਰਕਾਰ ਹੋਵੇ ਚਾਹੇ BJP ਦੀ ਸਰਕਾਰ ਹੋਵੇ, ਸਰਕਾਰ ਕੋਈ ਮਹੱਤਵ ਨਹੀਂ ਰੱਖਦੀ ਵੀ ਕਿਹਦੀ ਆ। ਸਾਨੂੰ ਕੰਮ ਕੀ ਆ, ਸਾਨੂੰ ਕੰਮ ਕਾਰਪੋਰੇਸ਼ਨ ਦਾ ਕੰਮ ਆ ਜਾਂ ਕੋਈ ਕਿਸੇ ਐਜੂਕੇਸ਼ਨ ਦਾ ਕੰਮ ਆ, ਬਗੈਰ ਕਰਪਸ਼ਨ ਤੋਂ ਹੋਣਾ ਚਾਹੀਦਾ। ਸਾਨੂੰ ਕੀ ਆ, ਧਰਮ ਦੇ ਨਾਂ 'ਤੇ, ਜਾਤ ਪਾਤ ਦੇ ਨਾਂ 'ਤੇ, ਮੈਂ ਅੱਗੇ ਵੀ ਬੋਲਿਆ, ਇੱਥੋਂ ਭੜਕਾਇਆ ਹੋਇਆ ਮੁੱਦਿਆਂ ਦਾ ਕੀ ਆ, ਚਾਏ ਵਾਲਾ ਇਹ ਕੀ ਹੋ ਗਿਆ, ਚਾਏ ਵਾਲਾ ਚੌਂਕੀਦਾਰ ਚੌਂਕੀਦਾਰ, ਇਹ ਮੁੱਦਾ ਕਿਹੜਾ? ਸਾਡਾ ਮੁੱਦਾ ਕਿਹੜਾ? ਪੋਲੂਸ਼ਨ ਨਹੀਂ ਹੋਣਾ ਚਾਹੀਦਾ, ਸੜਕਾਂ ਸਾਫ਼ ਹੋਣੀਆਂ ਚਾਹੀਦੀਆਂ, ਜੇ ਸੜਕਾਂ ਸਾਫ਼ ਹੋਊਗੀਆਂ, ਗਾੜੀਆਂ ਜਿਹੜੀਆਂ ਸਮੂਥ ਚੱਲਣਗੀਆਂ, ਪੋਲੂਸ਼ਨ ਆਪਣੇ ਆਪ ਘੱਟ ਜਾਏਗਾ। ਸਾਡਾ ਕੰਮ ਕੋਈ ਵੀ ਦਫ਼ਤਰ 'ਚ ਹੋਵੇ, ਇੱਕੋ ਬੰਦਾ ਇੱਕ ਵਾਰੀ ਜਾਵੇ ਕੰਮ ਹੋ ਜਾਵੇ, ਜੇ ਉਹਨੂੰ 10 ਗੇੜੇ ਲੱਗਣਗੇ ਤਾਂ 10 ਵਾਰੀ ਉਹ ਗੱਡੀ 'ਚ ਆਵੇਗਾ, ਪੋਲੂਸ਼ਨ 10 ਵਾਰੀ ਵਧੇਗਾ ਦੇਸ਼ ਦਾ। ਜੇ ਤੁਸੀਂ ਤੁਹਾਡਾ ਕੰਮ ਇੱਕ ਵਾਰੀ ਹੋ ਜਾਵੇ, ਪੋਲੂਸ਼ਨ ਆਪਣੇ ਆਪ ਘੱਟ ਜਾਏਗਾ, ਕਿੱਦਾਂ ਨਹੀਂ ਘਟੇਗਾ? ਇਹਨਾਂ ਮੁੱਦਿਆਂ ਤੋਂ ਭਟਕਾ ਕੇ ਜਿਹੜੇ ਰਾਜਨੇਤਾ ਆ, ਆਪਣਾ ਫਾਇਦਾ ਲੈਣ ਵਾਸਤੇ ਹੀ ਸਾਨੂੰ ਕਦੀ ਕਹਿੰਦੇ ਆ ਰਾਮ ਦਾ ਮੁੱਦਾ, ਕਦੀ ਕਹਿੰਦੇ ਚਾਹ ਵਾਲੇ ਦਾ ਮੁੱਦਾ, ਕਦੀ ਕਹਿੰਦੇ ਆ ਪਾਕਿਸਤਾਨ ਦਾ ਮੁੱਦਾ। ਯਾਰ ਇਹ ਮੁੱਦੇ ਥੋੜ੍ਹਾ, ਇਹ ਤਾਂ ਮੁੱਦੇ ਨਹੀਂ ਹੈ। ਤੁਸੀਂ ਮੰਨਦੇ ਹੋ ਕਿ ਜਿਹੜੇ ਮੁੱਦੇ ਨੇ ਉਹ ਸਿੱਖਿਆ ਦਾ ਮੁੱਦਾ ਹੋਣਾ ਚਾਹੀਦਾ ਹੈ, ਜਾਂ ਜਿਹੜੇ ਦੇਸ਼ ਦੇ ਅਸਲ ਮੁੱਦੇ ਸਰਕਾਰ ਨੂੰ ਉਸ ਦੇ ਉੱਪਰ ਬੋਲਣਾ ਚਾਹੀਦਾ? ਹਾਂ, ਸਰਕਾਰ ਨੂੰ ਅਸਲ ਮੁੱਦਿਆਂ 'ਤੇ ਬੋਲਣਾ ਚਾਹੀਦਾ, ਜਿਹੜੇ ਮੁੱਦੇ ਆ ਸਿੱਖਿਆ ਦਾ ਮੁੱਦਾ ਆ, ਸਾਡੀ ਕਰਪਸ਼ਨ ਜਿਹੜੀ ਆ ਉਹ ਘੱਟ ਹੋਣੀ ਚਾਹੀਦੀ ਆ, ਪੋਲੂਸ਼ਨ ਘੱਟ ਹੋਣਾ ਚਾਹੀਦਾ, ਸਾਡਾ ਦੇਸ਼ ਅੱਗੇ ਵਧੇ। ਸਾਡਾ ਦੇਸ਼ ਚੌਂਕੀਦਾਰੀ ਕਰਨ ਨਾਲ, ਚਾਹੇ ਵਾਲੇ ਨਾਲ ਦੇਸ਼ ਨਹੀਂ ਅੱਗੇ ਵਧਣਾ। ਜਾਂ ਪਾਕਿਸਤਾਨ ਦਾ ਨਾਂ ਲਈ ਜਾਈਏ, ਪਹਿਲਾਂ ਵੀ ਗੱਲ ਹੁੰਦੀ ਸੀ 84 ਦੇ ਵਿੱਚ ਜਦੋਂ ਬੜਾ ਅੱਤਵਾਦ ਸੀਗਾ, ਕੋਈ ਕੰਮ ਹੁੰਦਾ ਸੀ ਉਹ ਪਾਕਿਸਤਾਨ ਦਾ ਹੱਥ ਆ, ਪਾਕਿਸਤਾਨ ਦਾ ਹੱਥ ਆ, ਉਹ ਤਾਂ ਫਿਰ ਬਾਅਦ ਵਿੱਚ ਕਹਿਣ ਲੱਗ ਪਏ ਕਿਸੇ ਦੇ ਘਰ ਬੱਚਾ ਜੰਮੇ, ਯਾਰ ਇਹਦੇ ਵਿੱਚ ਪਾਕਿਸਤਾਨ ਦਾ ਹੱਥ ਆ ਲੱਗਦਾ। ਉਹ ਇਹੀ ਮੁੱਦਾ ਹੋ ਗਿਆ, ਜਿਹੜੇ ਪੁਰਾਣੇ ਬਜ਼ੁਰਗ ਆ, ਪੁਰਾਣੇ ਬੰਦੇ ਆ, ਪੁੱਛ ਕੇ ਦੇਖ ਲਓ ਉਹਨਾਂ ਨੂੰ, ਫਿਰ ਮੁੱਦੇ ਹਟ ਗਏ। ਇਹ ਮੁੱਦਿਆਂ ਤੋਂ ਸਾਨੂੰ ਭਟਕਾਉਣ ਤੋਂ ਬਜਾਏ ਅਸਲੀ ਮੁੱਦਿਆਂ ਵੱਲ ਧਿਆਨ ਦਿਵਾਉਣਾ ਚਾਹੀਦਾ, ਅਤੇ ਮੀਡੀਆ ਦਾ ਰੋਲ ਵਧੀਆ ਹੋਣਾ ਚਾਹੀਦਾ, ਮੀਡੀਆ ਸੱਚੇ ਅਤੇ ਅੱਛੇ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਸਾਹਮਣੇ ਦੱਸੇ, ਤਾਂ ਫਿਰ ਦੇਖੋ ਦੇਸ਼ ਕਿੱਦਾਂ ਤਰੱਕੀ ਕਰਦਾ। ਜੀ ਬਿਲਕੁਲ, ਤੁਸੀਂ ਦੇਖਿਆ ਕਿ ਇੱਥੇ ਅਗਰ ਜਿਨ੍ਹਾਂ ਨਾਲ ਵੀ ਅਸੀਂ ਗੱਲ ਕੀਤੀ, ਉਹਨਾਂ ਨੇ ਇੱਕੋ ਹੀ ਗੱਲ ਕਹੀ ਕਿ ਉਹ ਲਾਰਿਆਂ ਦੀ ਰਾਜਨੀਤੀ ਨਹੀਂ ਚਾਹੁੰਦੇ, ਉਹ ਵਾਅਦਿਆਂ ਦੀ ਰਾਜਨੀਤੀ ਨਹੀਂ ਚਾਹੁੰਦੇ, ਉਹ ਚਾਹੁੰਦੇ ਨੇ ਕਿ ਉਹਨਾਂ ਦਾ ਜੋ ਵੀ ਮੈਂਬਰ ਪਾਰਲੀਮੈਂਟ ਬਣੇ ਜਾਂ ਜਿਸ ਨੂੰ ਉਹ ਚੁਣਨ, ਉਹਨਾਂ ਦੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਦੇ ਉੱਪਰ ਹੱਲ ਕਰੇ, ਅਤੇ ਜਿਹੜੇ ਮੁੱਖ ਮੁੱਦੇ ਨੇ ਉਹਨਾਂ ਨੂੰ ਚੱਕਿਆ ਜਾਵੇ, ਧਰਮ ਦੇ ਨਾਮ ਦੇ ਉੱਪਰ ਭਟਕਾਇਆ ਨਾ ਜਾਵੇ, ਹੋਰ ਮੁੱਦਿਆਂ ਤੋਂ ਧਿਆਨ ਹਟਾਉਣ ਦੇ ਲਈ ਮੁੱਦਿਆਂ ਨੂੰ ਖੜਾ ਨਾ ਕੀਤਾ ਜਾਵੇ। ਅਤੇ ਜਲੰਧਰ ਜਿਹੜੇ ਮੁੱਖ ਮੁੱਦੇ ਸੀ ਉਹ ਵੀ ਲੋਕਾਂ ਤੋਂ ਜਾਣੇ, ਚਾਹੇ ਮੁੱਦਾ ਹੋਵੇ ਸੜਕਾਂ ਦਾ, ਚਾਹੇ ਮੁੱਦਾ ਹੋਵੇ ਸਫਾਈ ਦਾ, ਉਹਨਾਂ ਦੀ ਇਹੀ ਆਸ ਹੈ ਅਤੇ ਇਹੀ ਉਮੀਦ ਹੈ ਕਿ ਜੋ ਵੀ ਮੈਂਬਰ ਪਾਰਲੀਮੈਂਟ ਬਣੇ ਉਹਨਾਂ ਨੂੰ ਪਹਿਲ ਦੇ ਆਧਾਰ ਦੇ ਉੱਪਰ ਹੱਲ ਕਰੇ। ਸੋ ਇਹ ਸੀ ਅਜੀਤ ਵੈਬ TV ਦੀ ਇਹਨਾਂ ਲੋਕ ਸਭਾ ਚੋਣਾਂ ਦੇ ਉੱਪਰ ਖਾਸ ਰਿਪੋਰਟ। ਵਧੇਰੇ ਖਬਰਾਂ ਦੇ ਲਈ ਤੁਸੀਂ ਬਣੇ ਰਹੋ ਅਜੀਤ ਵੈਬ TV ਦੇ ਨਾਲ, ਅਤੇ ਹੁਣ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ। ਧੰਨਵਾਦ।